ਹੈਲੋ ਐਂਡ ਵੈਲਕਮ ਗਾਈਸ, ਕਿਵੇਂ ਆਈ ਹੋਪ ਤੇ ਸਾਰੇ ਘੈਂਟ ਹੋ ਕੇ ਜਾਈ ਗੱਲ ਪੂਰੇ ਘੈਂਟਾਂ ਤੇ ਮਿੱਤਰੋ ਹੁਣ ਚੱਲੇ ਸੀਗੇ ਅਨੰਦਪੁਰ ਸਾਹਿਬ ਨੂੰ। ਚੱਲੀਏ ਫਿਰ ਖਿੱਚ ਦੀਏ ਤਿਆਰੀ। ਕਿਵੇਂ ਆ ਬਾਈ, ਉਹ ਠੀਕ ਹੋ ਭਰਾ? ਅਤੇ ਬਾਈ ਸੰਗਤ ਆਪਣੀਆਂ ਸਾਰੀਆਂ ਬਹਿ ਗਈਆਂ ਅਤੇ ਚੱਲੇ ਹਾਂ, ਟਰੈਕਟਰ ਵੀ ਸਟਾਰਟ ਕਰਤਾ, ਕੱਪੜਾ ਕੁਪੜਾ ਮਾਰੀ ਜਾਂਦੇ ਹਾਂ। ਅਤੇ ਮੈਂ ਤਾਂ ਕਿਹਾ ਹੀ, ਮੈਂ ਕਿਹਾ 6 ਵਜੇ 5:30-6 ਵਜੇ ਤੋਰ ਦਾਂਗੇ, ਪਰ ਤੁਹਾਨੂੰ ਪਤਾ ਹੀ ਆ ਸਾਡੀ ਸੰਗਤ ਯਾਰ, ਲੇਟ ਤਾਂ ਹੋ ਹੀ ਜਾਂਦੀ। ਤੋਰ ਗਏ, ਚਲੋ ਫਿਰ। ਵਾਹਿਗੁਰੂ ਮੇਰਾ ਮਾਲਕ। ਹੁਣ ਮਿੱਤਰੋ ਖੜਾਂਗੇ ਸਿੱਧਾ ਜਾ ਕੇ ਆਪਾਂ ਲੰਗਰ ਤੇ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ। ਬਾਈ ਚਮਕੌਰ ਸਾਹਿਬ ਤੋਂ ਤੁਰ ਪਏ ਤੇ ਹੁਣ ਨਹਿਰੋ ਨਹਿਰਾ, ਠੰਡ ਦਾ ਮੌਸਮ ਆ, ਸੁਬਹਾ ਸੁਬਹਾ ਸਿਰਾ ਗੱਲਬਾਤ ਹੀ ਹੋਈ ਪਈ ਹੈ ਤੇ ਆਏ ਹੈ। ਸੜਕਾਂ ਨੀ ਬਣਦੀਆਂ ਬੁੰਦੀਆਂ ਹਨਾ ਯਾਰ, ਸੜਕਾਂ ਟੁੱਟੀਆਂ ਦੀਆਂ ਟੁੱਟੀਆਂ ਹੀ ਆ ਭੈਣ, ਬਾਲਾ ਬੁਰਾ ਹਾਲ ਆ ਸੜਕਾਂ ਹੀ ਵਾਲਾ ਤਾਂ। ਮੌਸਮ ਚੈੱਕ ਕਰੋ ਮਿੱਤਰੋ, ਆਹਾ ਕਿਆ ਬਾਤ ਹੈ ਜੀ, ਐ ਵੇਖ ਚਾਚਾ ਉਧਰ ਧੁੱਪ ਤੇ ਧੁੰਦ ਜੀ ਹੈ ਨਾ ਯਾਰ, ਸਿਰਾ ਗੱਲਬਾਤ ਹੈ। ਓਏ ਉਹਦੇ ਕੋਲੇ ਪਰਲੇ ਕੋਲੇ ਜਾ, ਪਰਲੇ ਕੋਲੇ ਯਾਰ, ਰੀਲ ਬਣਾਉਣ ਨੂੰ ਭਜਾਇਆ ਉਹਨੂੰ।
ਲੰਗਰ ਚਾਹ ਪਕੌੜਿਆਂ ਦਾ ਮਿੱਤਰੋ, ਚਲੋ ਫਿਰ ਚਲੋ ਲੰਗਰ ਹੈ ਨਿਰਨੇ ਕਾਲਜੇ ਤੁਰੇ ਵੇ ਹਨ। ਮੈਂ ਤਾਂ ਨਹਾਤਾ ਨਹੁਤਾ ਵੀ ਨੀ ਬਈ ਯਾਰ, ਕਾਹਾਂ ਜਾ ਕੇ ਨਾ ਭਰਤਗੜ ਸਾਹਿਬ ਉੱਥੇ ਨਹਾਵਾਂਗੇ, ਭਰਤਗੜ ਨਹਾਵਾਂਗੇ ਤੇ ਨਾਲੇ ਕੱਪੜੇ ਕੁਪੜੇ ਬਦਲਾਂਗੇ, ਬਾਕੀ ਕੰਮ ਓਕੇ ਆ। ਤੇ ਹੁਣ ਪਕੌੜੇ ਖਾਈਏ ਨਾਲੇ ਚਾਹ ਪੀਏ ਬਾਅਦ। ਹੈਪੀ ਤੂੰ ਤਾਂ ਰਹਿ ਗਿਆ ਯਾਰ, ਤੁਸੀਂ ਨਹੀਂ ਇੱਕ ਪਕੌੜਾ ਕਾਹਾਂ ਆ ਪਕੌੜੇ ਮਿੱਤਰੋ ਨਾਲ ਚਾਹ ਸਿਰਾ ਗੱਲਬਾਤ ਹੀ ਹੈ। ਟ੍ਰੈਕਟਰ ਆਪਾਂ ਲਾ ਤਾਂ ਆਪਣੀ ਸੰਗਤ ਸਾਰੀ ਗਈ ਦਰਸ਼ਨ ਕਰਨ, ਤੇ ਹੁਣ ਆਪਾਂ ਵੀ ਚੱਲਦੇ ਆ। ਆਵੇ ਅੱਧੇ ਤਾਂ ਮੁੜਿਆ ਈ, ਹੁਣ ਆਪਾਂ ਚੱਲਦੇ ਆ ਦਰਸ਼ਨ ਕਰਕੇ ਆਉਂਦੇ, ਤੇ ਉਦੋਂ ਬਾਅਦ ਖਿੱਚ ਦਾਂਗੇ ਸਿੱਧਾ ਭਰਤਗੜ ਖੜਾਂਗੇ, ਉਦੋਂ ਬਾਅਦ ਭਰਤਗੜ। ਹੁਣ ਭਰਤਗੜ ਖੜਾਂਗੇ ਕਿ ਨਹੀਂ ਚਾਚਾ? ਹੋ ਗਈ ਪਹਾੜੀ ਸ਼ੁਰੂ, ਉਹ ਸਾਹਮਣੇ ਪਹਾੜ ਆ ਵਾਹ ਜੀ ਵਾਹ। ਹੁਣ ਫਿਰ ਆ ਗੱਲਬਾਤ ਹੋ ਜਾਣੀ, ਉਹ ਖੜਾ ਆਪਣਾ ਡਾਇਨਾਸੌਰ ਮਿੱਤਰੋ, ਕੱਚ ਦੇਖੋ ਟ੍ਰੈਕਟਰ ਕੋਲ ਓਕੇ ਆ ਕੰਮ। ਚਲੋ ਹੁਣ ਚਲੋ ਮੈਕੂ, ਜੈ ਕਰ ਦਿਓ ਬਾਬੇ ਨੂੰ, ਵਾਹਿਗੁਰੂ ਜੈ ਕਰ ਦਿਓ। ਕੜਾਈਆਂ ਲਈ ਜਾਂਦੀ ਚਾਹ ਨਹੀਂ ਪੀਤੀ ਹੋਈ ਹੋ, ਕਿੰਨੇ ਮਾਰਿਆ ਚਾਚੂ ਨੇ ਮਾਰਿਆ, ਵਾਹਿਗੁਰੂ ਮੇਰਾ ਮਾਕਾ। ਲਓ ਬਾਈ ਚੱਲੇ ਆ, ਹੁਣ ਜਾ ਕੇ ਖੜਾਂਗੇ ਆਪਾਂ ਭਰਤਗੜ, ਇੱਥੋਂ 5-6 ਕਿਲੋਮੀਟਰ ਰਹਿ ਗਿਆ ਬਾਈ ਭਰਤਗੜ, ਹੁਣ ਉੱਥੇ ਖੜਾਂਗੇ, ਉੱਥੇ ਜਾ ਕੇ ਨਾਲੇ ਤੁਹਾਨੂੰ ਮਿੱਤਰੋ ਹੁਣ ਰੁਕਾਂਗੇ ਸਿੱਧਾ ਭਰਤਗੜ, ਤੇ ਇੱਥੋਂ ਕਹਿ ਚੱਲੇ ਬਾਏ ਬਾਏ ਬਾਬਾ ਜੀ ਬਾਏ ਬਾਏ। ਚਲੋ ਬੋਲੇ ਚਲੋ ਜੀ, ਜਾਚੇ ਜਾਚੇ ਚੜ ਜਾਓ ਜਾਚੇ, ਪਕੌੜੇ ਖਾ ਲਓ।
ਆ ਗਏ ਬਾਈ ਭਾਰਤਗੜ, ਕਿੱਥੇ ਚਲਾਈਏ ਟਰੈਕਟਰ? ਆ ਗਏ ਬਾਈ ਇੱਥੇ, ਇਸ਼ਨਾਨ ਪਾਣੀ ਕਰਦੇ, ਕੱਪੜੇ ਕੁਪੜੇ ਕਰਦੇ ਚੇਂਜ, ਫਿਰ ਚੱਲਾਂਗੇ ਗਾਂ, ਠੀਕ ਆ ਨਾ? ਨਾਲ ਪੈਂਟ ਕੋਟ ਪਾਉਣਾ? ਬਸ ਇਹ ਕਹਿੰਦਾ ਮੈਂ ਪੈਂਟ ਕੋਟ ਪਾਉਣਾ, ਓਟੇ ਓਟੇ ਲਾ ਦੋ, ਹੋਰ ਸੈੱਟ ਆ ਮਿੱਤਰੋ? ਨਹਾ ਨਹੂ ਕੇ ਜਮਾ ਰੈਡੀ ਸ਼ੈਡੀ ਹੋ ਗਏ ਆ ਤੇ ਹੁਣ ਚੱਲਦੇ ਆ ਸਿੱਧਾ ਅਨੰਦਪੁਰ ਸਾਹਿਬ। ਆ ਕੈਮਰੇ ਤੇ ਯਾਰ ਪਤਾ ਨੀ ਕੀ ਲੱਗਿਆ, ਮਾੜਾ ਦਈ ਯਾਰ ਕੈਮਰੇ ਤੇ ਕੁਛ ਲੱਗਿਆ ਜੀ ਬਾਈ, ਮੈਂ ਕਿਹਾ ਚਲੋ ਆਈ ਸਾਫ਼ ਕਰ ਲੈਂਦੇ ਆ। ਲੋੜ ਦੱਸ ਤੂੰ ਕਵੇਂ ਆ, ਰੁਪਈਏ ਲਾ ਕੇ ਆਉਂਦੇ ਆਪਾਂ ਅੱਜ ਹੀ ਆ ਗਿਆ ਆ ਗਿਆ ਆ ਗਿਆ ਮਿੱਤਰੋ, ਲੋੜ ਟੀ ਸ਼ਰਟ ਨਵੀਂ ਲੈ ਕੇ ਆਇਆ ਜੀ, ਮੈਂ ਕਿਹਾ ਚਲੋ ਰੁਪਈਏ ਲਾ ਦੀ ਦੇ ਮੋਟੇ, ਕਿਤੇ ਰਿਮੋਟ ਅੱਜ ਬਾਈ ਇੱਕੋ ਜਿਹੀਆਂ ਪਾਈ ਫਿਰਦੇ ਆ, ਅੱਜ ਇੱਕੋ ਜਿਹੀਆਂ ਪਾਈ ਫਿਰਦੇ ਆ, ਅੱਜ ਭੈਣ ਬਚੋ। ਤੇ ਇੱਧਰ ਮਿੱਤਰੋ ਜਹਾਜ਼ ਚੜ੍ਹਨ ਦੀ ਤਿਆਰੀ ਹੈ, ਚੜ੍ਹ ਕੇ ਜਹਾਜ਼ੇ ਓਏ ਆਪਾਂ ਵੀ ਬਣਾਈਏ, ਉੱਥੇ ਚੱਲ ਕੇ ਸਹੀ ਕੂੰਡਾ ਘੋੜਨਾ ਹੀ ਲਿਆਂਦਾ ਮਿੱਤਰੋ ਟਰਾਲੀ ਦੇ ਵਿੱਚ, ਤੇ ਅਸੀਂ ਵੀ ਉੱਥੇ ਜਾ ਕੇ ਬਣਾਵਾਂਗੇ ਦੇਗ। ਵਾਹ ਜੀ ਵਾਹ, ਸਰਾ ਗੱਲ ਕਰ, ਤੂੰ ਤਾਂ ਨਹਾਉਂਦਾ ਨਹੀਂ ਸੀਗਾ, ਪਾ ਖਾਦਾ ਯੋ ਭਾਰਤਗੜ ਗੁਰਦੁਆਰਾ ਸਾਹਿਬ। ਤੇ ਹੁਣ ਆਪਾਂ ਸਾਫ਼ ਬਣਨੇ ਆ, ਪਰਨੇ ਬੰਦੀ ਆ ਬਈ ਇਹਨਾਂ ਦੇ, ਤੇ ਬਾਕੀ ਓਕੇ ਆ, ਫਿਰ ਚੱਲਦੇ ਆ ਆਪਾਂ ਅਨੰਦਪੁਰ ਸਾਹਿਬ। ਦੇਖੋ ਬਈ ਕੜੀ ਚੌਲ ਤੇ ਰੋਟੀਆਂ ਤਿਆਰ, ਹਜੇ ਇੱਥੇ ਟਿੱਕੀਆਂ ਵੀ ਚੱਲੀ ਜਾਂਦੀਆਂ, ਟਿੱਕੀਆਂ ਹਾਂ। ਚਲੋ ਬਈ ਹੁਣ ਕਿੱਥੇ ਜਾ ਕੇ ਰੁਕਾਂਗੇ? ਅਨੰਦਪੁਰ ਸਾਹਿਬ ਹੁਣ ਜਾਂ ਤਾਂ ਰਾਹ 'ਚ ਜੋ ਦੋ ਚਾਰ ਬੰਦੇ ਹੋਣਗੇ ਉੱਥੇ ਰੁਕਾਂਗੇ, ਨਹੀਂ ਤਾਂ ਇਸ ਤੋਂ ਬਾਅਦ ਸਿੱਧਾ ਬਈ ਅਨੰਦਪੁਰ ਸਾਹਿਬ। ਭਾਰਤਗੜ ਤੋਂ ਨਹਾ ਧੋ ਕੇ ਤਿਆਰ ਹੋ ਕੇ ਲੰਗਰ ਛਕ ਕੇ ਤੇ ਤਿਆਰ ਬਰ ਤਿਆਰ, ਕਹਿੰਦੇ ਤੁਰ ਪਈਆਂ ਸੰਗਤਾਂ। ਇੱਕ ਆਪਾਂ ਇੱਥੇ ਰੀਲ ਬਣਾਉਣੀ ਸੀਗੀ ਬਾਈਆਂ ਨੇ, ਹਾਂ ਉਹ ਗਾਂ ਹੀ ਇੱਥੇ ਚੱਲ ਯਾਰ, ਇੱਥੇ ਰੋਕ ਕੇ ਆਪਾਂ ਆਰਤੀ ਦਾ ਬਣਾਈ। ਸੈਟੋ ਸਾਰੇ ਜਣੇ ਬਸ ਠੀਕ ਆ, ਆਜੋ ਆਜੋ ਮਿੰਟ ਮਾਰੋ, ਫੋਟੋ ਕਰਾ ਲਓ। ਮੁੜ ਕੇ ਅਸੀਂ ਜਾਣਾ ਅਨੰਦਪੁਰ ਸਾਹਿਬ, ਬਾਬਾ ਡੀਕੀ ਜਾਂਦਾ ਕਵੇਂ ਬਾਈ? ਅੱਛਾ ਅੱਛਾ ਠੀਕ ਆ ਬਾਈ, ਹੋਰ ਠੀਕ ਹੋ? ਸਤਿ ਸ਼੍ਰੀ ਅਕਾਲ, ਥੈਂਕ ਯੂ ਬਾਈ, ਹੈਲੋ ਬਾਈ, ਥੈਂਕ ਯੂ ਬਾਈ, ਥੈਂਕ ਯੂ, ਹੋਰ ਠੀਕ ਹੋ? ਆਪਾਂ ਵੀ ਲਿਆਉਣਾ ਜੀ ਕੈਮਰਾ ਕੁਮਰਾ ਤਾਂ, ਕਹਿੰਦੇ
ਤੇ ਗੰਨੇ ਦੇ ਰੋਹ ਦਾ ਲੰਗਰ ਸੀਗਾ ਚੱਲੀ ਜਾਂਦਾ ਮਗਰ ਤੇ ਪੀ ਕੇ ਦੋ ਦੋ ਤਿੰਨ ਤਿੰਨ ਗਲਾਸ ਜਾਂਦਾ ਹੋ ਗਈ ਸੈਟ ਫਿਟ ਬਰਫ ਹਾਂ ਬਾਈ ਠੰਡਾ ਪੂਰਾ ਸੀ ਹਨਾ ਚੜ੍ਹ ਸੀ ਜਮਾਂ ਚਲੋ ਫਿਰ ਬਾਈ ਚੱਲ ਸੰਗਤ ਵੀ ਬਾਹਲੀ ਜ਼ਿਆਦਾ ਆਈ ਆ ਐਤਕੀ ਦਾ ਕੰਮ ਜਮਾ ਸਿਰਿਆ ਹੀ ਆ ਕੰਮ ਐਤਕੀ ਟਰੈਕਟਰ ਵੀ ਵਾਧੂ ਤੇ ਸੰਗਤ ਵੀ ਬਾਹਲੀ ਜ਼ਿਆਦਾ ਆ ਅੱਗੇ ਪਿਛਲੀ ਵਾਰੀ ਨਾਲ ਤਾਂ ਵੱਧ ਹੀ ਆ ਯਾਰ ਚੱਲ ਛੋਟਿਆ ਹਾਲ ਚਾਲ ਆ ਸੈਟ ਆ ਬਾਈ ਨੇ ਗਿਫਟ ਦਿੱਤਾ ਬਾਈ ਕੜਾ
ਮੇਰੇ ਆਇਆ ਨੀ ਯਾਰ, ਬਾਹ ਇਹਦੇ ਆ ਗਿਆ ਬੋਜ ਦੇ। ਕਿਉਂ ਸਿੱਟ? ਧੰਨਵਾਦ ਬਾਈ, ਹੋਰ ਠੀਕ ਹੋ? ਲੈ ਵੀ ਆ ਰਾਹ ਚ ਫਸ ਗਏ ਅਸੀਂ, ਜਿਹੜੀ ਨਹਿਰ ਚ ਵੜ ਕੇ ਨਹਾਉਂਦੇ ਹੁੰਦੇ ਉਹਦਾ ਸੇਮ ਦਾ ਪਾਣੀ ਗੰਦਾ ਵੀ ਉੱਚੀ ਪੈਂਦਾ। ਹਾਂ ਲਓ ਜੀ, ਉਸੇ ਚ ਨਹਾਈ ਨੂੰ ਹੀ ਜਾਂਦੇ ਮੁਸਕੇ ਪਾਣੀ ਦੇ ਵਿੱਚ। ਚੱਲ ਕੋਈ ਨਾ, ਅਸੀਂ ਬਈ ਰਾਹ ਭੁੱਲ ਗਏ, ਥੋੜਾ ਕਥਾਨਾ ਜਿਹਾ ਚ ਵੜੇ ਫਿਰਦੇ ਆ। ਉਧਰ ਲੱਕੀ ਪਿੱਛੇ ਗਾਲਾਂ ਕੱਢਦਾ ਤੁਰਿਆ ਆਉਂਦਾ, ਉਹ ਆਉਂਦਾ ਗਾਲਾਂ ਕੱਢਦਾ। ਇੱਧਰ ਤਾਂ ਬੈਗ ਵੀ ਨਹੀਂ ਹੁੰਦਾ ਦੀਦਾ ਮੈਨੂੰ ਤਾਂ। ਲੈ ਵੀ ਮੁੰਡੇ ਕੋਲੇ ਬਲੌਗਰ ਕੋਲੇ, ਬਲੌਗਰ ਤੇ ਬਲੌਗਰ ਪਹੁੰਚ ਚੁੱਕੇ ਆ। ਦੇਖ ਇੱਥੇ ਆ ਕੇ ਵੀ ਸਾਨੂੰ ਵੇਲਾ, ਇੱਥੇ ਵੀ ਸਾਡੇ ਬੰਦੇ ਮਿਲਦੇ ਆ, ਫੈਨ ਸਾਡੇ ਫੈਨ ਵੇਖ ਲੋ, ਭੱਲੇ ਭੜ ਕੇ ਰਾਹਾਂ ਚ ਵੀ ਮਿਲ ਜਾਂਦੇ ਆ ਬਾਈ। ਆਹ ਵੇਖੋ ਕਿੱਡਾ ਤਕੜਾ ਰੋਡ ਆ ਭੈਣ ਨਾ, ਬਹੁਤ ਸਾਫ਼ ਸੜਕ ਆ। ਘੱਟੋ ਘੱਟ 150 ਦੇ ਜਾਊ ਟਰੈਕਟਰ ਇੱਥੇ, ਘੱਟੋ ਘੱਟ ਘੱਟੋ ਘੱਟ 150 ਦੇ ਟਰੈਕਟਰ ਇੱਥੇ ਜਾਊ ਆਰਾਮ ਨਾਲ, ਬਹੁਤ ਤਕੜੀ ਸੜਕ ਆ। ਮੈਂ ਕਹਿੰਦਾ ਸਿਰਾ ਸਿਰਾ ਵੇਖ ਤਾਂ ਸਹੀ, ਹਰਿਆਲੀ ਹਰਿਆਲੀ ਸਾਹ ਵੇਖ ਕਿੱਡਾ ਤਕੜਾ। ਮਿੰਦਰੇ ਵਾਲੇ ਉਹ ਆਪਾਂ ਨੂੰ ਗਾਲਾਂ ਕੱਢਦੇ ਆਉਂਦੇ ਆ ਬਾਈ, ਹੁਣ ਆਪਾਂ ਜੇ ਜਾਵੜੇ ਨਾ ਸਹੀ ਟਿਕਾਣੇ ਤੇ ਬਹੁਤ ਵਧੀਆ ਰਵਾਂਗੇ, ਆਪਣਾ ਤੇਲ ਬਹੁਤ। ਮਿੱਤਰੋ ਪਹੁੰਚ ਗਏ, ਮਿੱਤਰੋ ਜੰਗਲਾਂ ਜੁੰਗਲਾਂ ਵੱਜਦੀ, ਨਹਿਰਾਂ ਨੂਹਰਾਂ ਤੇ ਵੱਜਦੀ, ਪਹੁੰਚ ਗਏ ਆ ਗਏ ਮਿੱਤਰੋ, ਆ ਗਏ ਗੁਰਦੁਆਰਾ ਢੱਕੀ ਸਾਹਿਬ, ਆ ਗਏ ਜੀ ਆ ਗਏ। ਗੇਟ ਖਲਾਓ ਕੇ ਖੁੱਲ੍ਹਾ ਹੀ ਆ ਬਾਬੇ ਨੂੰ, ਓਏ ਉਹਨਾਂ ਨੂੰ ਕਹਿ ਪਿੱਛੇ ਰੋਕੋ ਪਹਿਲਾਂ ਇਹ। ਲਓ ਬਾਈ ਗਾਈਸ, ਕਹਿੰਦੇ ਪਹੁੰਚ ਗਏ ਇਹ ਗੁਰਦੁਆਰਾ ਸਾਹਿਬ, ਦੱਸੋ ਬਾਈ ਕਿਹੜਾ? ਟਿੱਬਾ ਸਾਹਿਬ। ਕਿਹੜੇ ਰੋਡ ਤੇ ਆ? ਗੜ ਸ਼ੰਕਰ। ਆ ਗੜ ਸ਼ੰਕਰ ਰੋਡ ਜਾਂਦਾ ਬਾਈ ਗੁਰਦੁਆਰਾ ਟਿੱਬਾ ਸਾਹਿਬ, ਜਿਹੜੀਆਂ ਲੈਣਾ ਨੀ ਗੀਆਂ ਲੈਣਾ ਟੱਪ ਕੇ, ਠੀਕ ਆ? ਇੱਥੇ ਖੜੇ ਆ, ਜਿੰਨੇ ਵੀ ਮਿਲਣਾ ਹੋਇਆ ਆ ਜਾਓ, ਤੇ ਬਾਕੀ ਮੈਂ ਸਟੋਰੀ ਪਾ ਦੂੰਗਾ ਯਾਰ, ਹਨਾ ਸਟੋਰੀ ਪਾ ਦਿੰਦੇ ਕਿਉਂਕਿ ਵਲੌਗ ਤਾਂ ਇੱਕ ਦਿਨ ਲੇਟ ਹੋ ਜਾਣਾ। ਹੋਰ ਬਾਈ ਠੀਕ ਹੋ ਸਾਰੇ ਜਾਣੇ? ਬਸ ਠੀਕ ਆ ਬਾਈ। ਲਓ ਬਈ ਮਿੱਤਰੋ ਟਰੈਕਟਰ ਲਾਤਾ, ਤੇ ਮੈਂ ਕਿਹਾ ਪਾਲਸ਼ਾ ਪੂਲਸ਼ਾ ਮਾਰ ਦੇ ਕਰਾਂ, ਟਾਇਰ ਨਾ ਬਾਹਲੇ ਗੰਦੇ ਹੋ ਗਏ ਰਾਹ 'ਚ, ਇੰਨਾ ਮੈਟ ਪਤਾ ਨਹੀਂ, ਤੁਹਾਨੂੰ ਪਤਾ ਹੀ ਹੈ ਹੈਪੀ ਨੇ ਕਿੱਧਰ ਕਿੱਧਰ ਦੀ ਲਿਆਂਦਾ ਆਪਾਂ ਨੂੰ। ਮੈਨੂੰ ਆਏ ਸੀ ਪਤਾ ਨਹੀਂ ਇੱਥੇ ਪਹੁੰਚਾਂਗੇ ਕਿ ਨਾ, ਪਰ ਪਹੁੰਚ ਗਏ ਬਾਬੇ ਦੀ ਕਿਰਪਾ ਨਾਲ। ਟਰੈਕਟਰ ਆਪਾਂ ਲਾਤਾ ਓਕੇ ਦੀ ਰਿਪੋਰਟ, ਹੁਣ ਟਾਇਰ ਸੈੱਟ ਕਰਕੇ ਉਦੋਂ ਬਾਅਦ ਦੇਖਦੇ ਕਿੱਧਰ ਨੂੰ ਜਾਣਾ। ਲਓ ਬਈ ਮਿੱਤਰੋ ਟਾਇਰ ਜਮਾਂ ਕਾਲੇ ਕਾਲੇ ਕੱਢਤੇ, ਮਾਰ ਕੇ ਸਪਰੇ ਸਪਰੂ, ਤੇ ਹੁਣ ਸ਼ੋਰ ਹੈਗੀ, ਇਹ ਹੈਗਾ ਚਾਚੇ ਦਾ ਕੰਮ ਆਪਣਾ ਟਾਇਰਾਂ ਦਾ ਸੀ। ਹੋਰ ਬਾਈ ਕੀ ਹਾਲ ਚਾਲ, ਕਿਹੜਾ ਪਿੰਡ ਤੁਹਾਡਾ? ਅੱਛਾ ਅੰਮ੍ਰਿਤਸਰ ਤੋਂ, ਠੀਕ ਆ। ਕਿੱਥੇ ਹੁਣ ਕਿੱਥੇ ਖੜਾਇਆ ਟਰੈਕਟਰ? ਅੱਛਾ ਅੱਛਾ ਉਹ ਪਿੱਛੇ, ਅਸੀਂ ਉੱਧਰ ਦੀ ਬਾਈ ਯਾਰ ਕੀ ਤਾਂ ਇੰਨਾ ਔਖਾ ਸੀ ਨਾ ਮਿੱਤਰੋ, ਪੁਲਿਸ ਵਾਲੇ ਲੰਘਣ ਨਹੀਂ ਦਿੰਦੇ ਜੀ, ਉਹਨਾਂ ਤੇ ਰਹਿੰਦੇ ਤਾਂ ਅਸੀਂ ਅੱਜ ਹੱਥ ਨਹੀਂ ਆਉਂਦੇ ਇੱਥੇ ਬਾਈ। ਅਸੀਂ ਤਾਂ ਪਿੰਡਾਂ ਪੁੰਡਾਂ ਦੇ ਵੇਚਦੀ ਮਸਾਂ ਲਿਆਂਦਾ ਇੱਥੇ, ਡੌਂਕੀ ਲਾ ਕੇ। ਹੋਰ ਬਸ ਆ ਗਏ, ਤੇ ਹੁਣ ਬਾਈ ਕੀ ਕਹਿੰਦੇ ਹੁੰਦੇ ਆ, ਟਰੈਕਟਰ ਕਰ ਲਈਏ ਸਾਫ਼ ਸੂਫ, ਫਿਰ ਦੇਖਦੇ ਹਾਂ। ਮੈਂ ਕਹਿੰਦਾ ਕੁੰਡਾ ਘੋੜਨਾ ਕੱਢ ਲਓ। ਹਾਂ ਕੁੰਡਾ ਘੋੜਨਾ ਕੱਢ ਲਓ, ਮੈਂ ਬਣਾਉਣਾ, ਤੇ ਮੁੜ ਕੇ ਤੁਸੀਂ ਬਸ ਪਾਲਛੀ ਮਾਰੀ ਜਾਣੀ ਆ, ਟਰੈਕਟਰ ਘਸਾ ਦੇਣਾ ਕੱਪੜਾ ਮਾਰ ਮਾਰ, ਚੰਗਾ? ਲਓ ਬਈ ਟੈਟੂ ਜਮਾਂ ਕਰਤੇ ਓਕੇ, ਮਾਰ ਕੇ ਪਾਲਛਾ ਪੁਲਛਾ, ਤੇ ਚਾਚਾ ਸ਼ੋਅ ਤੇ ਵੀ ਪਾਲਛ ਮਾਰੀ ਜਾਂਦਾ, ਮਾਰ ਕੇ ਪਾਲਛ ਤੇ ਜਮਾਂ ਓਕੇ ਕਰ ਦਿਆਂਗੇ ਕੰਮ, ਠੀਕ ਆ? ਜਮਾਂ ਚਮਕਣ ਲਾ ਦੇਣਾ ਆਪਣਾ ਡੈਨਾਸੋਰ, ਤੇ ਟਾਈਮ ਨਾਲ ਆ ਗਏ, ਵਧੀਆ ਹੋ ਗਿਆ ਹਨਾ। ਟਾਈਮ ਹੋ ਗਿਆ ਇੱਕ ਮਿੰਟ, ਟਾਈਮ ਦੱਸਾਂ ਤੁਹਾਨੂੰ, 1:00 ਬਾਈ, ਤੇ 12:00 ਆ ਗਏ ਸੀ, ਘੰਟਾ ਤਾਂ ਹੋ ਵੀ ਗਿਆ ਸਾਨੂੰ ਆਇਆ ਨੂੰ, ਪਾਲਛਾ ਪੁਲਛਾ ਮਾਰੀ ਜਾਂਦਾ। ਸਹੀ ਆ ਨਾ ਚਾਚਾ ਯਾਰ, ਹਜੇ ਤਾਂ ਘੰਟਾ ਹੋਰ ਪਹਿਲਾਂ ਆਇਆ ਨੀ, ਜਿਹੜਾ ਆਸੇ ਪਾਸੇ ਹਨਾ ਯਾਰ ਨਹਿਰਾਂ ਨੂਹਰਾਂ ਦੇ ਵੱਜਦੀ ਤਾਂ ਆਏ ਆ ਭੈਣ, ਕਿੱਧਰ ਜੰਗਲਾਂ ਦੇ ਵੱਜਦੀ, ਨਹੀਂ ਹੋਰ ਪਹਿਲਾਂ ਆ ਜਾਣਾ ਸੀਗਾ।
ਚਲੋ ਕੋਈ ਗੱਲ ਨਹੀਂ, ਹਾਂ ਫਿਰ ਵੀ ਬਹੁਤ ਛੇਤੀ ਆ ਗਏ ਬਾਈ। ਵਾਹ ਜੀ ਵਾਹ, ਕਹਿੰਦੇ ਕਾਜੂ ਬਦਾਮ ਚਾਚਾ ਪੱਗ ਕਾਹਤੋਂ ਲਾਤੀ ਸਿਰ ਦੁਖੀ ਜਾਂਦਾ, ਕੀ ਪਾਇਆ ਆਪਾਂ? ਕਾਜੂ ਬਦਾਮ, ਕਾਲੀ ਮਿਰਚ, ਇਲਾਇਚੀ, ਸੌਂਫ ਤੇ ਵਿੱਚ ਬਦਾਮ ਤੇ ਹੋਰ ਕੀ ਆ, ਗੁਲਾਬ ਦੇ ਫੁੱਲ। ਵਾਹ ਜੀ ਵਾਹ, ਹਾਂ ਤੇ ਜਿਹੜੀ ਕਾਲੀ ਖਸ ਖਸ ਪਾਈ ਉਹ ਤਾਂ ਦੱਸਿਆ ਹੀ ਨਹੀਂ, ਬਾਹਲੀ ਦੂਰੋਂ ਮੰਗਾਈ ਹੈ ਸਪੈਸ਼ਲ ਕਾਲੀ ਖਸ ਖਸ ਮੰਗਾਈ ਹੈ ਯਾਰ, ਮਾੜੀ ਤੇਰੀ ਗੱਲ ਥੋੜ੍ਹੀ ਹੈ ਯਾਰ। ਇਹ ਬਣਾ ਕੇ ਪੀ ਕੇ ਦੋ ਦੋ ਗਲਾਸ ਮਿੱਤਰੋ ਠੰਡਾ ਹੋਜੂ ਕੰਮ, ਦੁੱਧ ਤਾਂ ਆਵੇ ਅੰਦਰੋਂ ਲਿਆਵਾਂਗੇ ਗੁਰਦੁਆਰਾ ਸਾਹਿਬ ਤੋਂ, ਆਵੇ ਬਾਈ ਨੂੰ ਭੇਜਦਾ ਕਿਸੇ ਨੂੰ। ਲਓ ਬਾਈ ਗਾਈਸ, ਦੇਗ ਬਣਾ ਕੇ ਪੀ ਲਈ ਸ਼ਹੀਦੀ ਦੇਗ ਤੇ ਬਾਕੀ ਕੰਮ ਓਕੇ ਆ ਬਾਈ। ਤੇ ਮਿੱਤਰੋ ਹੁਣ ਚੱਲਦੇ ਹਾਂ ਆਪਾਂ ਬਾਜ਼ਾਰ, ਚੱਲਾਂਗੇ ਗੇੜਾ ਗੁੜਾ ਕੱਢਣ, ਥੋੜ੍ਹਾ ਟਾਈਮ ਹੈ ਨਾ, ਰੈਸਟ ਜਿਹਾ ਕਰ ਲਈਏ ਯਾਰ, ਕਿਉਂਕਿ ਦੋ ਦਿਨ ਹੋ ਗਏ ਤੁਰੇ ਵੇ ਹਾਂ। ਬਾਕੀ ਆ ਹਜੇ ਧੁੱਪ ਵਾਲੀ ਹੈ ਯਾਰ, ਥੋੜ੍ਹੀ ਧੁੱਪ ਜੀ ਸ਼ਾਂਤ ਹੋ ਜਾਂਦੀ ਫਿਰ ਚੱਲਾਂਗੇ ਨਾ ਚਾਚਾ ਏ ਬਾਜ਼ਾਰ ਬਣੀ ਨੂੰ, ਘੰਟਾ ਕੁ ਰੈਸਟ ਕਰਕੇ ਯਾਰ ਆਥਣੇ ਜੇ ਚੱਲਾਂਗੇ, ਲੰਗਰ ਲੁੰਗਰ ਖਾਈਏ, ਭੁੱਖ ਲੱਗੀ ਪਈ ਆ ਹਜੇ। ਹੈਪੀ ਹੋਣਾ ਨੂੰ ਬਾਈ ਦੇਖ ਪਿਆ ਤੀ, ਟਰਾਲੀ ਤਾਂ ਨੀ ਉੱਤੇ ਪਲਟਦੀ, ਬਸ ਇੱਥੇ ਹੀ ਪਤਾ ਲੱਗਦਾ ਹੁੰਦਾ, ਗੱਲਾਂ ਤੋਂ ਹੀ ਪਤਾ ਲੱਗਦਾ ਹੁੰਦਾ। ਮਿੱਤਰੋ ਪਹਿਲਾਂ ਲੰਗਰ ਮੇਰੇ ਹਿਸਾਬ ਨਾਲ ਛਕਣ ਲੱਗਿਆ ਅਨੰਦਪੁਰ ਸਾਹਿਬ ਆ ਕੇ ਆਪਣਾ, ਆਪਾਂ ਹੁਣ ਲੰਗਰ ਸਟਾਰਟ ਹੋ ਜਾਣੇ ਮਿੱਤਰੋ, ਤੁਹਾਨੂੰ ਸਾਰੇ ਦਿਖਾਵਾਂਗੇ ਤੇ ਅਸੀਂ ਸਾਰੇ ਖਾਵਾਂਗੇ, ਬਸ ਐਂਡ ਗੱਲਬਾਤ ਹੋ ਜਾਣੀ ਹੈ। ਨਿਕਲਿਆ ਏ ਗਾਈਸ ਬਾਹਰ ਟਰੈਕਟਰ ਕੋਲੋਂ ਤੇ ਮੈਂ ਕਿਹਾ ਚਲੋ ਗੇੜਾ ਛੇੜਾ ਕੱਢਦੇ ਹਾਂ, ਚਾਚਾ ਕਹਿੰਦਾ ਨਾ ਘੰਟਾ ਕੁ ਰੈਸਟ ਕਰ ਲਈਏ ਫਿਰ ਕੱਢਾਂਗੇ ਗੇੜਾ ਛੇੜਾ। ਤੇ ਆਪਾਂ ਨਾ ਪਹਿਲਾਂ ਉਹ ਬਾਈ ਕੋਲੇ ਜਾਣਾ ਜਿਹਦੇ ਕੋਲੋਂ ਆਪਾਂ ਵਾਈਫਾਈ ਔਨ ਕਰਕੇ ਆ ਨੈੱਟ ਕੀ ਕਹਿੰਦੇ ਹੁੰਦੇ ਆ ਵਲੋਗ ਵਲੂਗ ਪਾਉਂਦੇ ਹੁੰਦੇ ਆ ਹਨਾ, ਕਿਰਾ ਉਹਦੇ ਉਹਨੂੰ ਮਿਲਿਆ ਏਗੇ, ਉਹਨੂੰ ਕਹੀਏ ਬਾਈ ਵਾਈਫਾਈ ਆਪਦਾ ਔਨ ਹੀ ਰੱਖੀ ਤੇ ਬਾਅਦ ਚੋਂ ਘੰਟਾ ਕੁ ਕਰਕੇ ਰੈਸਟ ਫਿਰ ਆਪਾਂ ਚੱਲਾਂਗੇ ਹਨਾ ਬਾਹਰ ਗੇੜਾ ਛੇੜਾ ਕੱਢਣ ਤੇ ਆ ਕਿਲਾ ਹੋਲਗੜ੍ਹ। ਵਾਹਿਗੁਰੂ ਮੇਰਾ ਮਾਲਕਾ, ਕਰਾਵਾਂਗੇ ਮਿੱਤਰੋ ਸਾਰੇ ਦਰਸ਼ਨ ਤੁਹਾਨੂੰ, ਬਸ ਘੰਟਾ ਕੁ ਕਰ ਲਈਏ ਰੈਸਟ। ਐਨਕਾਂ ਤੂੰ ਲਾਉਣੀ ਐਨਕਾਂ? ਉਹ ਕਹਿੰਦੀ ਪਾਪਾ ਦੇ ਲਾ ਦੋ। ਅੱਲਾ ਤੂੰ ਅੰਨੀ ਨਾ ਹੋ ਜੀ, ਉਹ ਤੋੜੀ ਕਿੱਡੀਆਂ ਵੱਡੀਆਂ ਇਹਨੇ ਤਾਂ ਆਗੀ ਤੋੜ ਦੀ ਸੋਹਣੀਆਂ, ਅੱਜ ਲੈ ਇਹਨੇ ਆ ਮੇਕੂ ਵਾਸਤੇ। ਓ ਲਾਈਆਂ ਵੇ, ਹੋਰ ਬਾਈ ਕਿਵੇਂ ਹੋ? ਠੀਕ ਹੋ? ਕਿਹੜਾ ਪਿੰਡ ਤੁਹਾਡਾ? ਅੱਛਾ ਅੱਛਾ ਅੱਛਾ, ਠੀਕ ਆ ਉਧਰੋਂ ਆ ਫਿਰ ਇਹ, ਠੀਕ ਆ ਰਿਸ਼ਤੇਦਾਰਾਂ ਬੰਨੀ ਆਪਣੇ ਆਉਂਦੇ ਹੋ। ਹਾਂਜੀ ਬਾਈ, ਦੋ ਘੰਟੇ ਕਰਕੇ ਰੈਸਟ ਹੋਣ ਨਿਕਲੇ ਸੀ ਬਾਹਰ ਤੇ ਚਾਚਾ, ਵੇਖ ਕੇ ਉਹਨਾਂ ਦਾ ਮਾਹੌਲ ਜਾਣਾ ਹਨਾ, ਨਾਲੇ ਠੰਡਾ ਜਿਹਾ ਹੋ ਗਿਆ ਹਨਾ, ਨਾਲੇ ਮੌਸਮ ਠੰਡਾ ਜਿਹਾ ਹੋ ਗਿਆ, ਦੁਪਹਿਰੇ ਤਾਂ ਬਾਹਲੀ ਗਰਮੀ ਸੀ, ਫਿਰ ਅਸੀਂ ਬਾਈ ਸਾਵੇਂ ਜੇ ਹੋ ਕੇ ਸੈੱਟ ਕੇ ਗੱਦੇ ਦੋ ਦੋ ਘੰਟੇ ਡਾਉਣ ਦਾ ਸੌਂ ਗਏ ਤੇ ਹੁਣ ਚੱਲਦੇ ਉਧਰ ਮਾਹੌਲ ਚੱਲ ਦੇਖ ਕੇ ਆਉਂਦੇ ਆ ਕੀ ਰੰਗ ਢੰਗ ਆ ਮਿੱਤਰੋ, ਸਾਰੇ ਜੇ ਬਾਈ ਉਧਰ ਦੀ ਨਾ ਆਉਂਦੇ ਨਾ, ਨਹਿਰੋ ਨੂਰਾਂ ਵੇਚਦੀ, ਜੰਗਲਾਂ ਵੇਚਦੀ, ਫਿਰ ਜਾਮ ਚ ਫਸੇ ਰਹਿਣੇ, ਘੱਟੋ ਘੱਟ ਹੋਣ ਆਉਣਾ ਸੀਗਾ, ਸਹੀ ਹੈ ਨਾ? ਕੋਈ ਉਮੀਦ ਨਹੀਂ ਸੀ, ਹਾਂ ਲੰਘਣ ਤਾਂ ਦਿੰਦੇ ਨੀ ਸੀ ਤੇ ਫਿਰ ਅਸੀਂ ਬਾਈ ਉਧਰ ਦੀ ਆਏ ਤੇ ਵੇਖ ਲਓ ਕਿੰਨਾ ਟਾਈਮ ਹੋ ਗਿਆ ਆਪਾਂ ਪਹੁੰਚਿਆ ਨੂੰ, ਦੋ ਤਿੰਨ ਘੰਟੇ ਬਾਈ ਰੈਸਟ ਵੀ ਕਰ ਲਈ, ਹੁਣ ਚੱਲੇ ਆ ਦਿਖਾਉਂਦੇ ਮੋਲ ਚੱਲ ਸਾਰਾ ਅਨੰਦਪੁਰ ਸਾਹਿਬ ਦਾ ਮਿੱਤਰੋ। ਵਾਹ ਜੀ ਵਾਹ, ਅਨੰਦਪੁਰ ਸਾਹਿਬ ਦੇ ਰੋਡ, ਆਹ ਕੱਲਾ ਕੱਲਾ ਰੋਡ ਯਾਦ ਆ ਜਾਂਦਾ ਜਦੋਂ ਸਾਲ ਬਾਅਦ ਆਈਦਾ ਨਾ ਹੋਲੇ ਮਹੱਲੇ ਤੇ, ਕਿ ਇੱਥੇ ਇੱਥੇ ਆਹ ਚੀਜ਼ਾਂ ਤੇ ਇੱਥੇ ਇੱਥੇ ਆਹ ਚੀਜ਼ਾਂ ਯਾਰ, ਸਿਰਾ ਗੱਲਬਾਤ ਹੈ। ਇਕੱਠ ਦੇਖੋ ਗਾਈਸ, ਅੱਗੇ ਜਿਵੇਂ ਆਹ ਦਿਨ ਆਉਂਦੇ ਹੁੰਦੇ ਆ ਨਾ, ਇੰਨੇ ਟਰੈਕਟਰ ਨਹੀਂ ਹੁੰਦੇ ਕਿ ਟਾਵੇਂ ਟਾਲੇ ਜੇ ਹੁੰਦੇ ਆ ਤੇ ਜਮਾਂ ਸੜਕਾਂ ਵੀ ਜਮਾਂ ਸੁੰਨੀਆਂ ਹੁੰਦੀਆਂ, ਐਤਕੀ ਇੰਨੇ ਕੁ ਜ਼ਿਆਦਾ ਆ ਟਰੈਕਟਰ ਆ ਜਾਣਾ, ਇਕੱਠ ਬਾਹਲਾ ਜ਼ਿਆਦਾ, ਹੱਦੋਂ ਜ਼ਿਆਦਾ ਇਕੱਠ ਆ ਐਤਕੀ ਤਾਂ, ਐਤਕੀ ਤਾਂ ਜਮਾਂ ਕਹਿੰਦੇ ਸਰਾਈ ਕੰਮ ਹੋਇਆ ਪਿਆ ਯਾਰ, ਇੰਨਾ ਇਕੱਠ ਪਹਿਲੀ ਵਾਰੀ ਵੇਖਿਆ, ਕਹਿੰਦਾ ਮਤਲਬ ਇੰਨਾ ਇਕੱਠ ਨਹੀਂ ਕਦੇ ਹੁੰਦਾ ਗਾ। ਹਾਂ ਹਜੇ ਪਹਿਲਾ ਦੂਜਾ ਦਿਨ ਆ ਯਾਰ, ਸਟਾਰਟਿੰਗ ਹੋਈ ਆ ਤੇ ਸਟਾਰਟਿੰਗ 'ਤੇ ਹੀ ਇੰਨਾ ਇਕੱਠ ਆ,
ਤੇ ਐਂਡ ਤੱਕ ਤਾਂ ਕਿੰਨਾ ਵੱਧ ਜੂਗਾ। ਚੰਡੋਲ ਨੀ ਝੂਟਣੀ ਜਾਗਾ ਤੂੰ ਵੇਖ ਲਾ, ਤੂੰ ਝੂਟੇਗਾ ਚੰਡੋਲ ਪਹਿਲਾਂ ਹੀ ਚੰਡੋਲ ਤੇ ਆ, ਪਹਿਲਾਂ ਹੀ ਜਹਾਜੇ ਚੜੇ ਵੇ ਆ। ਲਓ ਬਈ ਗਾਈਸ ਕਰੋ ਦਰਸ਼ਨ, ਬਾਕੀ ਕੱਲ ਨੂੰ ਕਰਾਂਗੇ ਦਰਸ਼ਨ ਗੁਰਦੁਆਰਾ ਸਾਹਿਬ ਦੇ ਤਖ਼ਤ। ਵਾਹ ਜੀ ਵਾਹ, ਤੇ ਪੂਰਾ ਯਾਰ ਅੱਜ ਯਾਰ ਪਹਿਲੇ ਦਿਨ ਹੀ ਇੰਨਾ ਇਕੱਠਾ ਯਾਰ, ਪੂਰਾ ਯਾਰ ਪੂਰਾ ਰੌਣਕ ਮੇਲਾ ਪੂਰਾ। ਮਿੱਤਰੋ ਦੁਕਾਨਾਂ ਸਜੀਆਂ ਪਈਆਂ, ਮੈਕੂ ਸਾਡਾ ਸੁੱਤਾ ਪਿਆ, ਨਹੀਂ ਤਾਂ ਉਹਨੇ ਹੁਣੀ ਖੋਣੇ 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 ਕਰਨ ਲੱਗ ਜਾਣਾ ਸੀਗਾ, ਤੇ ਮੈਕੂ ਸੁੱਤਾ ਪਿਆ ਬਈ, ਤੇ ਨਹੀਂ ਖੜਾਉਣੇ ਖੜਾਉਣੇ ਕਰਨ ਲੱਗ ਜਾਣਾ ਸੀ ਉਹਨੇ। ਤੇ ਬਾਕੀ ਰਾਜ ਦੇਖੋ ਜੀ, ਮੈਕੂ ਦਿਖਾਵਾਂ ਤੁਹਾਨੂੰ ਇੱਕ ਮਿੰਟ, ਮੈਕੂ ਸੁੱਤੀ ਪਈ ਆ ਬਈ, ਜੇ ਜਾਗਦੀ ਹੁੰਦੀ ਤਾਂ ਹੁਣ ਇਹਨੇ ਕਹਿਣੇ ਖੜਾਉਣੇ ਖੜਾਉਣੇ, ਹੁਣੀ ਇਹਨੂੰ ਘੱਟੋ ਘੱਟ 4-5 ਖੜਾਉਣੇ ਤਾਂ ਲੈ ਕੇ ਦੇਣੇ ਪੈਣੇ ਸੀਗੇ, ਫੇਰ ਟਰਾਲੀ ਕੋਲੇ ਜਾਣਾ ਸੀਗਾ। ਮਿੱਤਰੋ ਪੂਰਾ ਨਜ਼ਾਰਾ, ਹਜੇ ਲੰਗਰ ਲੁੰਗਰ ਵੀ ਪੂਰੇ ਚੱਲੇ ਨਹੀਂ ਗੇ, ਕੱਲ ਨੂੰ ਚੱਲਣਗੇ ਫੁੱਲ ਲੰਗਰ, ਕੱਲ ਨੂੰ ਜਾਂ ਪਰਸੋਂ, ਹਜੇ ਅਸੀਂ 2 ਦਿਨ ਪਹਿਲਾਂ ਆਏ ਹਾਂ, ਹਜੇ ਲੰਗਰ ਵੀ ਨਹੀਂ ਉਹਨੇ ਚੱਲੇ ਬਈ, ਕੱਲ ਨੂੰ ਪਰਸੋਂ ਚੱਲਣਗੇ। ਵੀ ਯਾਰ ਪਹਿਲੇ ਦਿਨ ਹੀ ਇੰਨਾ ਇਕੱਠਾ ਕਿੰਨਾ ਉਹ ਹਨਾ ਯਾਰ, ਐਤਕੀ ਤਾਂ ਬਾਹਲਾ ਜ਼ਿਆਦਾ ਇਕੱਠ ਹੋਣਾ ਬਈ, ਸਿਰਾ ਹੀ ਕੰਮ ਹੋਇਆ ਪਿਆ ਐਤਕੀ ਤਾਂ, ਆਹ ਕਿਵੇਂ ਚੱਕ ਕੇ ਲੈ ਗਏ, ਟੋ ਕਰਕੇ ਲੈ ਗਏ ਬਈ, ਉਹ ਕਹਿੰਦੇ ਵਿਚਾਲੇ ਲਾਇਆ ਸੀ, ਡਰਾਈਵਰ ਵੀ ਨਹੀਂ ਤਾਰਿਆ। ਓਹੋ ਚਲੋ ਕੋਈ ਗੱਲ ਨਹੀਂ, ਤੇ ਬਈ ਦੇਖੋ ਸੰਗਤਾਂ ਆ ਰਹੀਆਂ ਜਾ ਰਹੀਆਂ, ਕਿਵੇਂ ਵੀਰੇ ਆਈ ਜਾਂਦੀਆਂ, ਜੇ ਜਾਣਗੀਆਂ ਤਾਂ 2-3 ਦਿਨ ਰੁਕ ਕੇ ਹੀ ਸੰਗਤਾਂ, ਹਜੇ ਤਾਂ ਆ ਰਹੀਆਂ। ਦੇਖੋ ਬਈ ਟਰੈਕਟਰ ਤਿਆਰ ਕੀਤੇ ਮੁੰਡਿਆਂ ਨੇ, ਸਹੀ ਹੈ ਸਹੀ ਹੈ, ਖਿੱਚ ਦੋ ਕੰਮ ਮਿੱਤਰੋ, ਸਹੀ ਹੈ ਕਿਉਂ ਓਕੇ ਆ ਕੰਮ ਕਰੋ ਬਈ ਯਾਰ, ਚਲੋ ਪਰਲੇ ਪਾਸੇ ਹੋ ਜਾਈਏ ਆਪਾਂ, ਕਿਉਂ ਘੈਂਟ ਆ ਕੰਮ ਯਾਰ, ਕਿਉਂ ਕਹਿੰਦੇ ਨਾ ਹਟ ਗਿਆਰਾਂ, ਕਹਿੰਦੇ ਨੇ ਚੋਪਰ ਨੂੰ ਨਾ ਹਟ ਗਿਆਰਾਂ, ਹੈ ਸਹੀ ਹੈ ਟਰੈਕਟਰ ਤੇ ਟਰੈਕਟਰ ਬਾਈ ਯਾਰ ਓਕੇ ਆਇਆ, ਕਿ ਬਾਹਲੇ ਜ਼ਿਆਦਾ ਟਰੈਕਟਰ ਆਏ ਆ ਯਾਰ, ਜਿੱਧਰ ਦੇਖੋ ਟਰੈਕਟਰ ਟਰਾਲਾ ਟਰੈਕਟਰ ਟਰਾਲਾ, ਕਿਉਂ ਲੈ ਬਾਈ ਟਰੈਕਟਰ ਤੇ ਟਰੈਕਟਰ ਪੂਰਾ ਓਕੇ ਕਰਕੇ ਲਿਆਉਂਦੇ ਆ ਜਾਂਦਾ ਯਾਰ, ਸਹੀ ਹੈ ਯਾਰ ਓਕੇ ਆ ਮਿੱਤਰੋਂ ਕੰਮ ਤੁਹਾਡਾ, ਸਹੀ ਹੈ ਯਾਰ। ਲੈ ਵੀ ਮੁੰਡੇ ਨਾਲ ਫੋਟੋਆਂ ਖਿਚਾਈ ਜਾਂਦੇ ਆ ਮੁੰਡੇ, ਇਕੱਠ ਪੂਰਾ ਹੋ ਗਿਆ ਫਿਰ, ਹੋਰ ਫਿਰ ਚਾਚਾ ਸੈੱਟ ਕਿਵੇਂ ਮਾਹੌਲ, ਕਿਰਪਾ ਬਾਬੇ ਦੀ ਹੈ ਨਾ। ਬਾਕੀ ਆਪਾਂ ਨੂੰ ਨਾ ਕਿਵੇਂ ਕਹਿਣ ਦਾ ਮਤਲਬ, ਵਲੌਗਾਂ ਕਰਕੇ ਪਿਆਰ ਆ ਬਾਈ ਸਾਰਿਆਂ ਨਾਲ, ਯਾਰ ਡੈਕ ਡੁੱਕ ਲਾ ਵੀ ਆਈ ਨਾ, ਸੈਂਪਲ ਵੀ ਲਿਆਈਏ ਤਾਂ ਵੀ ਇੰਨਾ ਹੀ ਪਿਆਰ ਕਰਨਗੇ ਆਪਾਂ ਕਿਨੇ, ਹੋਰ ਫਿਰ
ਟਾਲੀ ਪੱਟੀ ਗਈ ਉਹ ਠੀਕ ਹੋ ਭਾਈ ਸਾਰੇ ਜਣੇ ਬਾ ਵਧੀਆ ਤੇ ਮਿੱਤਰੋ ਅਸੀਂ ਨਾ 10 ਮਿੰਟ ਸਟਾਰਟ ਕੀਤੇ ਮੈਂ ਕਿਹਾ ਨਾਲ ਤਾਂ ਬੈਟਰੀ ਬੂਟਰੀ ਚਾਰਜ ਤਾਂ ਚੱਲ ਕਾਹਦੀ ਮੈਂ ਕਿਹਾ ਯਾਰ ਲਾਈਟਾਂ ਲਾਈਆਂ ਕਾਹਦੇ ਵਾਸਤੇ ਜੇ ਇੱਥੇ ਜਗਾਈਆਂ ਹੀ ਨਾ ਹਨਾ ਉਹ ਯਾਰ ਲਾਈਟਾਂ ਯਾਰ ਦੱਸ ਫਿਰ ਆਪਾਂ ਲਾਈਏ ਕਾਹਦੋ ਜੇ ਇੱਥੇ ਜਗਾਈਆਂ ਹੀ ਨਾ ਘਰੇ ਕਿਹਨੂੰ ਲਾ ਕੇ ਦਿਖਾਉਣੀਆਂ ਐਂ ਲਾਈਟਾਂ ਲੂਟਾਂ ਜਗਾ ਕੇ ਕੌਣ ਨਹੀਂ ਹੁੰਦਾ ਤੇਲ ਮਾਜੂ 10-20 ਲੀਟਰ ਕੋਈ ਚੱਕ ਕਰਨੀਆਂ ਤੇ ਬਾਕੀ ਓਕੇ ਆ ਪਾਲਟਾਂ ਪੂਛਾਂ ਮਾਰੀਆਂ ਕੱਪੜਾ ਕੁਪੜਾ ਜਮਾਂ ਓਕੇ ਆ ਬਾਈ ਸਾਫ਼ ਕੀਤਾ ਵਾ ਸਰਬ ਤੋਂ ਇੱਥੇ ਮਿੱਟੀ ਨਹੀਂ ਪੈਣ ਦਿੰਦੇ ਆਪਾਂ ਹੋਰ ਜਿੱਥੇ ਮਰਜ਼ੀ ਪੈ ਜਾਵੇ ਹੋਰ ਕੋਈ ਚੱਕਰ ਨਹੀਂ ਕੰਮ ਓਕੇ ਆ ਜਮਾਂ ਹੋਰ ਬਾਈ ਠੀਕ ਹੋ ਸਾਰੇ ਜਣੇ ਵਧੀਆ ਆ ਬਾਈ ਕਿਵੇਂ ਆ ਸੈੱਟ ਨਹੀਂ ਨਹੀਂ ਭਰਾ ਯਾਰ ਆਪਣੇ ਨਹੀਂ ਨਹੀਂ ਸਹੀ ਹੈ ਬਾਈ ਕਾਹਦੇ ਤੇ ਆਏ ਬਾਈ ਨਹੀਂ ਨਹੀਂ ਪਿੰਡੋਂ ਟਰੈਕਟਰ ਤੇ ਕਿ ਮੋਟਰਸਾਈਕਲ ਅੱਛਾ ਟਰੈਕਟਰ ਤੇ ਚਲੋ ਵਧੀਆ ਬਾਈ ਲਓ ਬਾਈ ਬਾਈ ਯਾਰ ਕੇ ਗਿਫਟ ਲੈ ਕੇ ਆਏ ਆਪਣੇ ਵਾਸਤੇ ਬਹੁਤ ਘੈਂਟ ਆ ਬਾਈ ਥੈਂਕ ਯੂ ਕਿਹੜਾ ਪਿੰਡ ਬਾਈ ਤੁਹਾਡਾ ਨੰਗਲ ਬਾਈ ਨਾਲ ਹੀ ਅੱਛਾ ਨਾਲ ਹੀ ਹੈ ਨੰਗਲ ਗਏ ਸੀ ਅਸੀਂ ਯਾਰ ਹੋਰ ਠੀਕ ਹੋ ਬਾਈ ਬਹੁਤ ਘੈਂਟ ਹੈ ਯਾਰ ਟਰੈਕਟਰ ਤੇ ਟੰਗਾਂਗੇ ਇਹਨੂੰ ਕੱਲ੍ਹ ਨੂੰ ਲਓ ਬਾਈ ਗਾਈਸ ਕਹਿੰਦੇ ਗਾਜਰਾਂ ਮਟਰ ਦਿਓ ਬਾਬਾ ਜੀ ਦਿਓ ਬਾਬਾ ਜੀ ਵਾਹ ਜੀ ਵਾਹ ਪ੍ਰਸ਼ਾਦਾ ਕਰਮਾ ਕਰਮ ਹੱਥ ਮਚਾਉਣ ਵਾਲਾ ਪ੍ਰਸ਼ਾਦਾ ਮਿੱਤਰੋ ਮੈਕੂ ਸਾਡਾ ਰੇਸਾ ਮਰੀ ਜਾਂਦਾ ਹੈ ਮੈਕੂ ਮੈਕੂ ਬਾਈ ਕਰੀ ਬਾਈ ਬਾਈ ਬਾਕੀ ਚਲੋ ਠੀਕ ਆ ਗਾਈ ਜੀ ਅੱਜ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਡੈਨਾਸੌਰ ਕਹਿੰਦੇ ਢਾਕਤਾ ਓਕੇ ਦੀ ਰਿਪੋਰਟ ਤੁਹਾਨੂੰ ਪਤਾ ਹੈ ਨਾ ਕਿ ਇੱਕ ਤਾਂ ਯਾਰ ਮੌਸਮ ਜਾ ਉਹ ਜਾਵਾ ਤਰੇਜ਼ ਤਰੂਲ ਮਾੜੀ ਮੋਟੀ ਪੈਂਦੀ ਰਹਿੰਦੀ ਆ ਇੱਕ ਬਾਈ ਥੋੜ੍ਹਾ ਜਿਹਾ ਢਕਣਾ ਵੀ ਜ਼ਰੂਰੀ ਆ ਹੈ ਨਾ ਅਤੇ ਬਾਕੀ ਚਾਚੀ ਵਰਗੇ ਸਾਰੇ ਪਏ ਆ ਕਿਉਂ ਚਾਚਾ ਫਿੱਟ ਹੈ ਡੈਨਾਸੌਰ ਮੈਂ ਕਿਹਾ ਢਾਕਤਾ ਓਕੇ ਕਰਤਾ ਟਰਾਲੇ ਦੀਆਂ ਲਾਈਟਾਂ ਕਹਿੰਦੇ ਬੰਦ ਨਹੀਂ ਕਰਨੀਆਂ ਮੈਕੂ ਓਏ ਮੈਕੂ ਓਏ ਓ ਇੱਧਰ ਬਾਏ ਬਾਏ ਕਰ ਦਿਓ ਬਾਏ 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 ਚਲੋ ਠੀਕ ਆ ਮਿੱਤਰੋ ਬਾਏ ਬਾਏ